ਤੜਕੇ ਤੱਕ ਬੈਠਕ ਜਿਹੜੀ ਹੈ ਉਹ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਚੱਲੀ, ਮੁੱਖ ਮੰਤਰੀ ਭਗਵੰਤ ਮਾਨ ਵੀ ਰਹੇ, ਤਮਾਮ ਮਸਲਿਆਂ 'ਤੇ ਗੱਲਬਾਤ ਹੋਈ, ਲੇਕਿਨ ਕੇਂਦਰ ਦੇ ਵੱਲੋਂ ਹੁਣ ਸਮਾਂ ਮੰਗ ਲਿੱਤਾ ਗਿਆ, ਐਤਵਾਰ ਨੂੰ ਦੁਬਾਰਾ ਬੈਠਕ ਹੋਏਗੀ ਸਰਵਨ ਸਿੰਘ ਪੰਦੇ ਨੇ। ਪੰਦੇ ਸਾਹਿਬ, ਮੈਂ ਇਹ ਸਮਝਣਾ ਚਾਹੁੰਦਾ ਵਾਂ ਕਿ ਤੁਸੀਂ 5 ਵਜੇ ਇੱਥੇ ਪਹੁੰਚ ਜਾਂਦੇ ਹੋ, 8:30 ਵਜੇ ਬੈਠਕ ਸ਼ੁਰੂ ਹੁੰਦੀ, ਰਾਤ 2 ਵਜੇ ਤੱਕ ਚੱਲਦੀ ਹੈ, 1:30 ਵਜੇ ਤੱਕ ਚੱਲਦੀ ਹੈ, ਇਸ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਪੋਜ਼ਿਟਿਵ ਪੁਆਇੰਟ ਨੇ, ਕਿ ਇਹ ਪੋਜ਼ਿਟਿਵ ਪੁਆਇੰਟ ਨੇ, ਇਹ ਗੱਲਾਂ 'ਤੇ ਓਕੇ ਰਿਪੋਰਟ ਹੋ ਗਈ ਹੈ? ਦੇਖੋ, ਮੈਨੂੰ ਨਹੀਂ ਲੱਗਦਾ ਵੀ ਜਦੋਂ ਅਸੀਂ ਚਰਚਾ ਕਰਦੇ ਹਾਂ ਅੰਦਰ ਚਰਚਾ 'ਚੋਂ ਨੈਗੇਟਿਵ ਕਦੀ ਹੁੰਦੇ ਆ। ਸਵਾਲ ਹੈ ਉਸ ਚਰਚਾ ਨੂੰ ਅਮਲੀ ਜਾਮਾ ਪਾਇਆ ਜਾਵੇ, ਕੋਈ ਫੈਸਲਾ ਹੋਵੇ, ਔਰ ਫੈਸਲਾ ਕੋਈ ਕਾਨੂੰਨੀ ਦਾਇਰੇ 'ਚ ਹੋਵੇ। ਤਾਂ ਜੇ ਹੁਣ ਉਹ ਇਹ ਸਾਰਾ ਕੁਝ ਡਿਸਕਸ਼ਨ ਤੋਂ ਬਾਅਦ ਐਤਵਾਰ ਨੂੰ ਕੋਈ ਕਾਨੂੰਨੀ ਉਹਨੂੰ ਜਾਮਾ ਪਾਉਂਦੇ ਆ, ਇਹ ਤਾਂ ਹੁਣ ਪਾਉਂਦੇ ਆ ਨਹੀਂ ਪਾਉਂਦੇ ਉਹਨਾਂ ਨੂੰ ਵੱਧ ਪਤਾ, ਤਾਂ ਫਿਰ ਜ਼ਰੂਰ ਕੁਛ ਨਾ ਕੁਛ ਹੋ ਸਕਦਾ। ਮੈਂ ਇਸੇ ਸਵਾਲ ਦੇ ਨਾਲ ਸਵਾਲ ਜੋੜਦਾ ਕਿ ਕਿਹੜੇ ਕਿਹੜੇ ਮੁੱਦਿਆਂ 'ਤੇ ਅਮਲੀ ਜਾਮਾ ਪਨਾਉਣ ਦੀ ਗੱਲ ਜਿਹੜੀ ਕੇਂਦਰ ਨੇ ਕਰ ਦਿੱਤੀ ਹੈ, ਕੀ ਉਹ ਇਸ ਗੱਲ 'ਤੇ ਰਾਜ਼ੀ ਹੋ ਗਏ ਨੇ ਕਿ ਬਿਜਲੀ ਸੋਧ ਐਕਟ ਹੈ ਉਸ ਦੇ ਵਿੱਚ ਕਿਸਾਨਾਂ ਨੂੰ ਬਾਹਰ ਕੱਢਿਆ ਜਾਏਗਾ, ਕੀ ਉਹ ਇਸ ਗੱਲ 'ਤੇ ਰਾਜ਼ੀ ਹੋ ਗਏ ਨੇ ਕਿ ਜਿਹੜੇ ਕੀਟਨਾਸ਼ਕ ਦਵਾਈਆਂ ਨੇ ਜਾਂ ਫਿਰ ਨਕਲੀ ਬੀਜ ਨੇ ਉਸ ਦੇ ਉੱਤੇ ਰਾਜ਼ੀ ਹੋ ਗਏ, ਤੁਹਾਡੀ ਉਸ ਮੰਗ 'ਤੇ ਕਿਹੜੀ ਕਿਹੜੀ ਗੱਲ 'ਤੇ ਰਾਜ਼ੀ ਹੋ ਗਏ ਨੇ? ਦੇਖੋ, ਬਿਜਲੀ ਵਾਲੇ ਮਸਲੇ 'ਤੇ ਤਾਂ ਜਿਹੜੀ ਉਹ ਗੱਲ ਕਰ ਰਹੇ, ਸਾਡੀ ਉਹ ਮੰਗ ਹੀ ਨਹੀਂ ਹੈਗੀ। ਬਿਜਲੀ ਵਾਲੇ ਮੁੱਦੇ 'ਤੇ ਤਾਂ ਹੈਗਾ ਵੀ ਨਿੱਜੀਕਰਨ ਦਾ ਅਮਲ ਰੋਕਿਆ ਜਾਵੇ। ਠੀਕ ਹੈ, ਜਿਹੜਾ ਬਿਜਲੀ ਐਕਟ 2023 ਬਣ ਗਿਆ ਉਹਨੂੰ ਉਹ ਕਹਿੰਦੇ ਸੀ ਉਦੋਂ ਵੀ ਤੁਹਾਨੂੰ ਪੁੱਛ ਕੇ ਲੈ ਕੇ ਆਵਾਂ, ਪਰ ਚੋਰੀ ਛੁਪੇ ਉਹਨਾਂ ਨੇ ਆਰਡੀਨੈਂਸ ਕਰਕੇ ਉਹਨੂੰ ਬਣਾ ਲਿਆ ਹੈਗਾ। ਇੱਕ ਤਾਂ ਇਹ ਹੈਗਾ। ਰਾਜ਼ੀ ਹੋ ਗਏ ਇਹਦੇ 'ਤੇ? ਨਹੀਂ ਨਹੀਂ, ਉੱਤੇ ਆਪਣੀ ਮੰਗ ਹੀ ਨਹੀਂ ਹੈਗੀ ਉੱਥੇ। ਠੀਕ ਹੈ, ਉੱਤੇ ਤਾਂ ਮਤਲਬ ਬਿਜਲੀ। ਔਰ ਜਿਹੜਾ ਹੋਰ ਸੀਗਾ, ਹੋਰ ਕਿਹੜੀ ਕਿਹੜੀ ਮੰਗ ਸੀ? ਦੇਖੋ, ਬਾਕੀ ਮੈਂ ਕਿਹਾ ਸਾਰੀਆਂ ਮੰਗਾਂ 'ਤੇ ਲਖੀਮਪੁਰ ਖੀਰੀ 'ਤੇ ਵੀ ਚਰਚਾ ਹੋਈ ਆ। ਲਖੀਮਪੁਰੀ 'ਤੇ ਰਾਜ਼ੀ ਹੋ ਗਏ, ਕਿੰਨੇ ਪੈਸੇ ਦੇ ਰਹੇ? ਉਹ ਕਹਿ ਰਹੇ ਨੇ ਵੀ ਅਸੀਂ ਮਤਲਬ ਕਰਾਂਗੇ, ਪਰ ਉਹਨਾਂ ਦੀ ਕੋਈ ਕੰਡੀਸ਼ਨ ਲੱਗਦੀ ਹੈ, ਸ਼ਾਇਦ ਦੇਖਦੇ ਆਉਣ ਵਾਲੇ ਸਮੇਂ 'ਚ ਕੀ ਬਣਦਾ ਹੈ। ਔਰ ਜਿਹੜਾ ਦੇਸ਼ ਭਰ ਦੇ ਵਿੱਚ ਪਰਚੇ ਦਰਜ ਹੋਏ ਉਹਨਾਂ 'ਤੇ ਕੀ ਕਹਿਣਾ? ਹਾਂ, ਪਰਚੇ ਤੋਂ ਉਹਨਾਂ ਕਿਹਾ ਵੀ ਬਹੁਤ ਹੱਦ ਤੱਕ ਅਸੀਂ ਵਾਪਸ ਲੈ ਰਹੇ ਹੈਗੇ, 119 ਪਰਚੇ ਉਹਨਾਂ ਦੇ ਕਹਿਣ ਮੁਤਾਬਕ, ਮੈਨੂੰ ਇਹ ਪੜਤਾਲ ਦਾ ਵਿਸ਼ਾ ਵੀ ਬਾਕੀ ਨੇ, ਹੁਣ ਪੜਤਾਲ ਕਰਕੇ ਪਤਾ ਲੱਗੂ ਬਾਕੀ ਕਿੰਨਾ ਕੁ ਵਾਪਸ ਹੋਏ ਕੀ ਨਹੀਂ ਹੋਏ। MSP 'ਤੇ ਕਮੇਟੀ ਦਾ ਉਹ ਜ਼ਿਕਰ ਕਰ ਰਹੇ ਹੈ ਕਿ ਹੁਣ ਪਾਰਲੀਮੈਂਟ ਦਾ ਸੈਸ਼ਨ ਖਤਮ ਹੋ ਗਿਆ, ਕੋਡ ਆਫ ਕੰਡਕਟ ਲੱਗਣ ਵਾਲਾ, ਕਮੇਟੀ ਬਣਾ ਲਓ, ਹੁਣ ਕਿਸਾਨ ਆਗੂ ਕੀ ਸੋਚ ਰਹੇ? ਦੇਖੋ, ਕਮੇਟੀ 'ਤੇ ਸਾਡੇ ਵਿਚਾਰ ਠੀਕ ਨਹੀਂ ਹੈਗੇ, ਕਮੇਟੀਆਂ ਪਹਿਲੋਂ ਬਣੀਆਂ। ਸਰਕਾਰ ਆਪਣੇ ਹਿਸਾਬ ਨਾਲ ਢੰਗ ਤਰੀਕਾ ਸੋਚ ਲਵੇ, ਜਿਹਨੂੰ ਲੱਗਦਾ ਕਮੇਟੀ ਬਣਾਉਣੀ ਕਮੇਟੀ ਬਣਾ ਲਵੇ, ਜਿਹਨੂੰ ਢੰਗ ਤਰੀਕਾ ਸਾਡੀ ਤਾਂ ਵੀ ਮਸਲੇ ਦਾ ਹੱਲ ਹੋਵੇ ਵੀ MSP ਖਰੀਦ ਦੀ ਗਰੰਟੀ ਦਾ ਕਾਨੂੰਨ ਬਣੇ, ਤਰੀਕਾਕਾਰ ਉਹ ਚੋਲਣ। ਹੁਣ ਸਮਾਂ ਜਿਹੜਾ ਮੰਗਿਆ, ਕਿਸ ਕਿਹੜੇ ਕਿਹੜੇ ਮਸਲਿਆਂ 'ਤੇ ਸਮਾਂ ਜਿਹੜਾ ਉਹਨਾਂ ਵੱਲੋਂ ਮੰਗਿਆ ਗਿਆ? ਦੇਖੋ, ਅਸੀਂ ਤਾਂ ਖਾਸ ਕਰਕੇ MSP ਗਰੰਟੀ ਕਾਨੂੰਨ ਔਰ C2+50% ਔਰ ਕਿਸਾਨ ਮਜ਼ਦੂਰ ਦੇ ਕਰਜ਼ੇ 'ਤੇ ਉਹਨਾਂ ਨੂੰ ਕਿਹਾ ਵੀ ਇਸ ਇਹਨਾਂ ਗੱਲਾਂ, ਬਾਕੀ ਸਾਰੇ ਠੀਕ ਨੇ ਉਹਦੇ ਵਿੱਚ, ਵੀ ਇਹਨਾਂ ਗੱਲਾਂ ਬਾਰੇ ਵਿਸ਼ੇਸ਼ ਕਰਕੇ ਕੋਈ ਆਪਣੀ ਰਾਏ ਲੈ ਕੇ ਆਓ ਵੀ ਇਹਨੂੰ ਕਿਵੇਂ ਅਮਲੀ ਜਾਮਾ ਪਾਉਣਾ। ਕੋਡ ਆਫ ਕੰਡਕਟ ਲੱਗਣ ਵਾਲਾ ਹੈ, ਕਿਤੇ ਅਜਿਹਾ ਤਾਂ ਨਹੀਂ ਕਿ ਸਮਾਂ ਨਿਕਲ ਜਾਏਗਾ ਹੱਥੋਂ ਔਰ ਫਿਰ ਸਮਾਂ ਨਿਕਲ ਗਿਆ ਤਾਂ ਫਿਰ ਬਾਅਦ ਵਿੱਚ ਹੱਥ ਕੁਛ ਨਹੀਂ ਆਉਣਾ? ਦੇਖੋ, ਕਦੀ ਵੀ ਇਹਨਾਂ ਵੱਡਿਆਂ ਅੰਦੋਲਨਾਂ ਦੀ ਇੱਕ ਅੱਧੇ ਦਿਨ ਨਾਲ ਫਰਕ ਨਹੀਂ ਪੈਂਦਾ ਹੁੰਦਾ। ਦੁਨੀਆ 'ਚ ਇਹ ਗੱਲ ਨਾ ਜਾਵੇ ਵੀ ਕਿਸਾਨ ਲੀਡਰ ਗੱਲ ਨਹੀਂ ਕਰਨਾ ਚਾਹੁੰਦੇ, ਮਿਲ ਬਹਿ ਕੇ ਮਸਲਿਆਂ ਦਾ ਹੱਲ ਨਹੀਂ ਕਰਨਾ ਚਾਹੁੰਦੇ, ਸਾਡੀ ਜ਼ਿੰਮੇਵਾਰੀ ਆ ਵੀ ਸਾਡਾ ਅਣਖ ਦਾ ਸਵਾਲ ਨਹੀਂ ਵੀ ਹਰ ਹਾਲ 'ਚ ਦਿੱਲੀ ਜਾਈਏ ਜਾਂ ਬੈਰੀਕੇਡ ਤੋੜੀਏ। ਹਾਂ, ਜਦੋਂ ਕੇਂਦਰ ਨਾਲ ਗੱਲਬਾਤ ਖਤਮ ਹੋ ਜੂਗੀ ਫਿਰ ਸਾਡਾ ਦਿੱਲੀ ਜਾਣ ਵਾਲਾ ਅੰਦੋਲਨ 'ਤੇ ਖੜਾ ਉਹ ਕਰ ਲਾਂਗੇ। ਪੰਜਾਬ CM ਦਾ ਕੀ ਕਹਿਣਾ ਸੀ ਉਹ ਮੀਟਿੰਗ 'ਚ ਬੈਠੇ, ਕਈ ਵਾਰ ਤਲਖੀ ਵੀ ਦੇਖਣ ਨੂੰ ਮਿਲੀ, CM ਕਿਹੜੇ ਕਿਹੜੇ ਮੁੱਦਿਆਂ 'ਤੇ ਨਾਲ ਸੀਗੇ ਔਰ CM ਦਾ ਇਸ ਪੂਰੇ ਮੀਟਿੰਗ ਦੇ ਵਿੱਚ ਕੀ ਕੁਛ ਰੋਲ ਰਿਹਾ ਵਾ? ਆ ਦੇਖੋ, ਮਤਲਬ CM ਸਾਹਿਬ ਨੇ ਤਾਂ ਮਤਲਬ ਆਪਾਂ ਕੇਂਦਰ ਨਾਲ ਵਾਰਤਾ ਕਰਦੇ ਸੀ ਉਹਦੇ ਵਿੱਚ ਜਿੰਨੀ ਕੋਹ ਵਿੱਚ ਕੋਈ ਕਹਿ ਸਕਦੇ ਸੀ ਉਹ ਕਹਿ ਲੈਂਦੇ ਹੁੰਦੇ ਸੀਗੇ, ਠੀਕ ਹੀ ਰੋਲ ਰਿਹਾ।
ਲੇਕਿਨ ਮੀਟਿੰਗ ਦੀ ਸ਼ੁਰੂਆਤ ਨਾਰਾਜ਼ਗੀ ਤੋਂ ਹੋਈ, ਤੁਸੀਂ ਨਾਰਾਜ਼ ਨਜ਼ਰ ਆਏ ਕਿ ਇੱਕ ਤਾਂ ਇੰਟਰਨੈਟ ਬੰਦ ਕਰ ਦਿੱਤਾ ਗਿਆ, ਫੇਸਬੁੱਕ ਟਵਿੱਟਰ ਅਤੇ ਸੋਸ਼ਲ ਮੀਡੀਆ 'ਤੇ ਤੁਹਾਡੇ ਪੇਜ ਬੰਦ ਕੀਤੇ ਜਾ ਰਹੇ ਆ, ਫਿਰ ਤੁਸੀਂ ਇੱਕ ਸ਼ੈਲ ਦਿਖਾਏ ਕਿ ਕਿਸ ਤਰੀਕੇ ਦੇ ਨਾਲ ਡਰੋਨ ਦੇ ਜ਼ਰੀਏ ਅਟੈਕ ਹੋਇਆ, ਉਸ 'ਤੇ ਆਪੱਤੀ ਮੁੱਖ ਮੰਤਰੀ ਨੇ ਵੀ ਜਤਾਈ ਕਿ ਕਿਉਂ ਪੰਜਾਬ ਦੇ ਏਰੀਏ ਦੇ ਵਿੱਚ ਇਸ ਤਰੀਕੇ ਨਾਲ ਕੀਤਾ ਜਾ ਰਿਹਾ। ਹਾਂ ਬਿਲਕੁਲ, ਅਸੀਂ ਦੇਖੋ ਨਾ ਜਿਸ ਕਿਸਮ ਅਸੀਂ ਕਿਹਾ ਪੁਲਿਸ ਮੀਡੀਆ ਨੂੰ ਕਹਿੰਦੇ ਹਾਂ, ਪੁਲਿਸ ਨਹੀਂ ਅਰਧ ਸੈਨਿਕ ਫੋਰਸ ਨੇ, ਔਰ ਜਿਸ ਕਿਸਮ ਦਾ ਸਾਡੇ 'ਤੇ ਬਲ ਪ੍ਰਯੋਗ ਕਰਕੇ ਜਿਹੜੀਆਂ ਚੀਜ਼ਾਂ ਉਹ ਵਰਤ ਰਹੇ ਨੇ ਬਹੁਤ ਹੈਵੀ ਨੇ, ਤਾਂ ਕੀ ਅਸੀਂ ਬਗਾਨੇ ਮੁਲਕ ਦੇ ਆਪਣੇ ਮੁਲਕ ਦੇ ਵਿੱਚ ਹੀ ਦੋ ਸਰਹੱਦਾਂ ਬਣੀਆਂ ਹੋਈਆਂ। ਤੁਸੀਂ ਕਿਹਾ ਕਿ ਪਾਕਿਸਤਾਨ ਵਾਲਾ ਮਾਹੌਲ ਲੱਗ ਰਿਹਾ ਹਰਿਆਣਾ ਵਾਲੇ ਪਾਸੇ? ਹਾਂ ਨਹੀਂ, ਮਸਲਾ ਤਾਂ ਹੈ ਵੀ ਰਸ਼ੀਆ ਯੂਕਰੇਨ ਲੱਗਦਾ ਵਾ, ਵੀ ਜੋ ਹਾਲਾਤ ਨੇ ਉੱਥੇ, ਤਾਂ ਮਤਲਬ ਅਸੀਂ ਜ਼ੋਰਦਾਰ ਕਿਹਾ ਵੀ 400 ਬੰਦਾ ਅਗਲੇ ਬੰਨੇ ਫਿਰ ਜ਼ਖਮੀ ਹੋਇਆ ਫਿਰਦਾ, ਭਾਵੇਂ ਪੁਸ਼ਟ ਹੋਈਆਂ ਰਿਪੋਰਟਾਂ ਘੱਟ ਹੋ, ਪਰ ਸਾਨੂੰ ਲੱਗਦਾ ਡੜਾ ਛਡਾ, ਅਤੇ ਕੋਈ ਬੰਦੇ ਵਾਧੂ ਨਹੀਂ ਹੈਗੇ। ਅਸੀਂ ਚਾਹੁੰਦੇ ਹਾਂ ਮਸਲਿਆਂ ਦਾ ਹੱਲ ਕਰੋ, ਇਹਨੂੰ ਨਿਬੇੜੋ। ਤੁਸੀਂ ਕਿਹਾ ਰਸ਼ੀਆ ਯੂਕਰੇਨ ਵਾਲਾ ਮਾਹੌਲ ਹੈ, ਕੀ ਮੰਤਰੀ ਦਾ ਕੀ ਕਹਿਣਾ ਸੀ ਉਸ ਵੇਲੇ? ਆ ਬਸ ਫਿਰ ਹੱਸਣ ਡੇ, ਹੋਰ ਤਾਂ ਕੋਈ ਲੱਗਦਾ ਨਹੀਂ, ਕੋਈ ਗੱਲ ਤਾਂ ਬੜੇ ਸੀਰੀਅਸ ਸੀ ਸਾਡੀਆਂ ਗੱਲਾਂ ਜਵਾਬ ਵੀ। ਦੇਖੋ ਅਸੀਂ ਇਸ ਮੁਲਕ ਦੇ ਨਾਗਰਿਕ ਹਾਂ, ਇੱਥੇ ਰਹਿਣ ਵਾਲੇ ਹਾਂ, ਸਾਨੂੰ ਇਸ ਕਿਸਮ ਦਾ ਟ੍ਰੀਟ ਨਾ ਕੀਤਾ ਜਾਵੇ। ਸੋਸ਼ਲ ਮੀਡੀਆ ਪੇਜ ਜਿਹੜੇ ਬੰਦ ਕੀਤੇ ਗਏ, ਉਹਦੇ 'ਤੇ ਕੀ ਕਹਿਣਾ ਸੀ, ਔਨ ਕਰਨਗੇ ਜਾਂ ਕੀ ਕਰਨਗੇ? ਹਾਂ ਬਹੁਤ ਜ਼ੋਰਦਾਰ ਅਸੀਂ ਵਿਰੋਧ ਕੀਤਾ, ਮੁੱਖ ਮੰਤਰੀ ਜਾਂ DGP ਪੰਜਾਬ ਨੇ ਕਿਹਾ ਵੀ ਅਸੀਂ ਇਹਦੀ ਕਾਰਵਾਈ ਕਰਕੇ ਚਾਲੂ ਕਰਵਾ ਦਾਂਗੇ। ਦੂਸਰਾ ਇਹ, ਹੁਣ ਐਤਵਾਰ ਤੱਕ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਏਗੀ ਜਾਂ ਸੀਜ਼ ਫਾਇਰ ਹੋ ਜਾਏਗਾ ਕਿ ਆਪਣੇ ਤੁਸੀਂ ਹੁਣ ਜਿੱਥੇ ਬੰਦੀ ਨੂੰ ਕਹੋਗੇ ਅੱਗੇ ਨਹੀਂ ਵਧਣਾ, ਐਤਵਾਰ ਤੱਕ ਮੀਟਿੰਗ ਹੋਏਗੀ, ਉਸ ਤੋਂ ਬਾਅਦ ਦੇਖਦੇ ਹਾਂ ਦਿੱਲੀ ਜਾਣਾ ਜਾਂ ਨਹੀਂ ਜਾਣਾ? ਦੇਖੋ ਬਣਦਾ ਹੀ ਇਹ ਆ ਵੀ ਅਸੀਂ ਉਹਨਾਂ ਤੱਕ ਵੇਟ ਕਰੀਏ, ਜੇ ਉਦਣ ਗੱਲ ਬਣ ਜੂਗੀ ਤਾਂ ਭਲਾ, ਨਾ ਬਣ ਜੂਗੀ ਫਿਰ ਆਪਦਾ ਕੰਮ ਕਰ ਲਵਾਂਗੇ। ਅਗਰ ਜਿਹੜੇ ਲੋਕ ਤੁਹਾਨੂੰ ਸੁਣ ਰਹੇ ਆ, ਕਿਸਾਨ ਤਮਾਮ ਔਰ ਦੁਨੀਆ ਭਰ ਦੇ ਵਿੱਚ ਬੈਠੇ, ਇਸ ਮੀਟਿੰਗ ਤੋਂ ਖੁਸ਼ ਹੋ, ਨਾਰਾਜ਼ ਹੋ, ਸੰਤੁਸ਼ਟ ਹੋ ਜਾਂ ਕੀ ਹੈ? ਦੇਖੋ ਜਿਸ ਕਿਸਮ ਦੀ ਅੰਦਰ ਚਰਚਾ ਹੁੰਦੀ ਹੁੰਦੀ ਨਾ, ਜਿਸ ਕਿਸਮ ਦੀਆਂ ਗੱਲਾਂ ਕਰਦੇ ਹੁੰਦੇ ਮੰਤਰੀ ਵੀ ਮਤਲਬ ਭਰੋਸੇ ਵਾਲੀਆਂ, ਉਹ ਤਾਂ ਠੀਕ ਹੈ, ਮੈਂ ਤੁਹਾਨੂੰ ਫਿਰ ਕਿਹਾ। ਅਸਲ ਵਿੱਚ ਹੁੰਦਾ ਵੀ ਜਿੰਨਾ ਚਿਰ ਕਿਸੇ ਗੱਲ ਨੂੰ ਕੋਈ ਲੀਗਲ ਜਾਂ ਕੋਈ ਕਾਨੂੰਨੀ ਦਾਇਰੇ 'ਚ ਨਿਬੇੜਾ ਨਹੀਂ ਹੁੰਦਾ, ਜਾਂ ਕੋਈ ਤੁਹਾਡੇ ਹੱਥ 'ਚ ਨਹੀਂ ਚੀਜ਼ ਲੱਗਦੀ, ਉਨਾ ਚਿਰ ਫਿਰ ਕੋਈ ਗੱਲ ਬਹੁਤੀ ਠੀਕ ਨਹੀਂ ਹੁੰਦੀ ਹੈ। ਚਰਚਾ ਤਾਂ ਹੋਈ ਆ, ਠੀਕ ਹੋਈ ਆ, ਸਮਝਦੇ ਵੀ ਆ ਉਹ ਵੀ ਗੱਲਾਂ ਨੂੰ, ਉਹਨਾਂ ਨੂੰ ਕਿਹੜਾ ਪਤਾ ਨਹੀਂ ਹੈਗਾ ਸਭ ਕੁਛ ਦੇਸ਼ ਬਾਰੇ ਪਤਾ, ਹੁਣ ਉਹਨੂੰ ਕਿਵੇਂ ਉਹਨੂੰ ਅਮਲ 'ਚ ਕਿਵੇਂ ਲਿਆਉਂਦੇ ਆ, ਇਹ ਦੇਖਣ ਵਾਲੀ ਗੱਲ ਹੈ। ਧੰਨਵਾਦ। ਤਾਂ ਸਰਵਨ ਸਿੰਘ ਪੰਦੇਰ ਨਿਊਜ਼ 18 ਨਾਲ ਗੱਲਬਾਤ ਕਰ ਰਹੇ ਸੀ। ਮੀਟਿੰਗ ਖਤਮ ਹੋ ਚੁੱਕੀ ਹੈ, ਦੇਰ ਰਾਤ ਇਸ ਵੇਲੇ 3 ਵੱਜ ਚੁੱਕੇ ਨੇ, ਔਰ ਇਸ ਵੇਲੇ ਹੁਣ ਸਰਵਨ ਸਿੰਘ ਪੰਦੇਰ ਵਾਪਸ ਸ਼ੰਭੂ ਬੋਰਡਰ 'ਤੇ ਜਾ ਰਹੇ ਨੇ, ਔਰ ਕਹਿ ਰਹੇ ਨੇ ਕਿ ਫਿਲਹਾਲ ਸੰਡੇ ਤੱਕ ਹੁਣ ਇੰਤਜ਼ਾਰ ਕਰਾਂਗੇ, ਅੱਗੇ ਨਹੀਂ ਵਧਾਂਗੇ, ਔਰ ਐਤਵਾਰ ਤੱਕ ਦਾ ਸਮਾਂ ਕੇਂਦਰ ਦੇ ਵੱਲੋਂ ਮੰਗਿਆ ਗਿਆ। ਕੈਮਰਾਮੈਨ ਰਜਿੰਦਰ ਦੇ ਨਾਲ ਪੰਕਜ ਕਪੂਰ, ਨਿਊਜ਼ 18 ਚੰਡੀਗੜ੍ਹ।